ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ, ਕਿਵੇਂ? ਠੀਕ ਠਾਕ। ਤੇ ਅੱਜ ਆ ਸੰਡੇ, ਇਟਸ ਮੀਨਸ ਫਨ ਡੇ। ਤੇ ਅਸੀਂ ਲੱਗੇ ਸੀ ਥੋੜਾ ਜਿਹਾ ਫਨ ਕਰਨ, ਕੀਤਾ ਨੀ ਕਦੀ। ਵੈਸੇ ਵਿੱਚ ਕਮੈਂਟ ਆਉਣ ਡੇ ਸੀਗੇ ਕਿ ਮਨਪ੍ਰੀਤ ਦੀਦੀ ਮੇਕਅਪ ਕਰਕੇ ਦੱਸੋ, ਤੇ ਕਿਰਨ ਨੇ ਕਮੈਂਟ ਪੜ੍ਹ ਲਿਆ ਉਹ ਵਾਲਾ। ਤੇ ਕਿਰਨ ਕਹਿੰਦੀ ਭਾਬੀ ਅੱਜ ਕਰਕੇ ਦਿਨਾਂ ਦਿਨਾਂ ਮੇਕਅਪ, ਜੋ ਮਰਜ਼ੀ ਹੋ ਜੇ। ਤੇ ਮੈਂ ਚੱਲ, ਮੈਂ ਵੀ ਆਫਟਰ ਮੈਰਿਜ ਕਦੀ ਨੀ ਕਰਵਾਇਆ ਕਿਸੇ ਕੋ, ਤੇ ਚੱਲ ਕਰਵਾਉਂਦੇ ਹਾਂ ਅੱਜ। ਚਲੋ ਅਸੀਂ ਵੇਖਦੇ ਹਾਂ ਕਿੱਦਾਂ ਦਾ ਹੁੰਦਾ ਆ ਮੇਕਅਪ। ओके बाय, मिलते हैं थोड़े टाइम बाद। चलो जी हुण वेखो किद्दां दा होया मेकअप। जदों स्कूल पढ़ांदे ना, भाभी नूं तां सारे ने कहना कि तुसीं मेकअप नहीं करदे ज्यादा। वैसे मैं ही कहनी हुंनी हां, सिर्फ एक लिपस्टिक ला के ते इन्हां ने आ जाणा ते नाल बस पौनी, ਹੋਰ ਕੁਛ ਨੀ। ਉਹ ਵੀ ਸਿਰ ਵਿੱਚ ਪੌਨੀ ਦੇ ਵਿੱਚ ਵੀ ਕਈ ਵਾਰੀ ਅਟਕਾਂ ਨਹੀਂ ਕੱਢੀਆਂ ਹੋਣੀਆਂ, ਫਿਰ ਮੈਂ ਜੂੜਾ ਕਰ ਲੈਣਾ। ਹੁਣ ਤੁਸੀਂ ਦੱਸਿਓ ਸਾਰੇ ਕਿਵੇਂ ਲੱਗਾ ਭਾਬੀ ਦਾ ਮੇਕਅਪ। ਜੇ ਤੁਹਾਨੂੰ ਵਧੀਆ ਲੱਗਾ ਤੇ ਫਿਰ ਹਰ ਵੀਡੀਓ ਚ ਕਰਿਆ ਕਰਾਂਗੇ, 12 ਸਾਲ ਬਾਅਦ ਮੈਰਿਜ ਤੋਂ ਬਾਅਦ, ਹਨਾ। ਜੇ ਵਧੀਆ ਲੱਗੂ ਤੇ ਫਿਰ, ਹਨਾ, ਡੇਲੀ ਨਾ ਵੀਡੀਓ ਬਣਾਉਣ ਤੋਂ ਪਹਿਲੇ। ਨਾ ਨਾ ਨਾ, ਕਦੀ 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 ਜਦੋਂ ਵਿਆਹ ਹੋਇਆ ਕਰੂਗਾ। ਹੁਣ ਵੈਸੇ ਵਿਆਹ ਦੀ ਜ਼ਿੰਮੇਵਾਰੀ ਕਿਰਨ ਦੀ ਦੇ ਦਿੱਤੀ, ਫਿਰ ਮੈਂ ਜਾਣ ਲੱਗਾ ਫਿਰ ਪੂੰਝਦੇ ਨੀ ਹੁੰਦੀ ਉਹ, ਪਤਾ ਨੀ ਕਿਉਂ ਭਾਰਾ ਭਾਰਾ ਲੱਗਣ ਲੱਗ ਪੈਂਦਾ। ਬਟ ਹੁੰਦੀ ਖੁਸ਼ ਹੋਣਾ, ਸੈਟੀਸਫਾਈਡ ਹੋਣਾ ਕਿ ਸਹੀ ਹੋਇਆ। ਪ੍ਰੋਫੈਸ਼ਨਲ ਤੇ ਚਲੋ ਆਪਾਂ ਨਹੀਂ ਹੈਗੇ, ਬਟ ਹਨਾ ਥੋੜਾ ਬਹੁਤ ਤੇ ਕਰ ਹੀ ਲਈਦਾ ਆ। ਪਰਮਾਤਮਾ ਨੇ ਓਦਾਂ ਦੇ ਦਿਖਣੇ, ਹਨਾ, ਜੋ ਲੁੱਕ ਪਰਮਾਤਮਾ ਨੂੰ ਭਾਈ ਉਹ ਵੀ ਦੇਤੀ ਉਹਨੇ, ਪਰ ਜੋ ਉਹਨੂੰ ਸਹੀ ਲੱਗਾ ਉਹਨੇ ਆਪਣੇ ਅਕੋਰਡਿੰਗ ਸਭ ਸਹੀ ਬਣਾ ਲਿਆ। ਇੰਨਾ ਸ਼ੁਕਰ ਵਾ ਕਿ ਚੱਲ ਪਰਮਾਤਮਾ ਨੇ ਦੇ ਸਾਰਾ ਕੁਝ ਦਿੱਤਾ, ਬੋਲਣ ਨੱਕ ਕੰਨ ਸਹੀ ਸਲਾਮਤ ਦੇ, ਹੱਥ ਪੈਰ ਸਲਾਮਤ ਆ, ਕੰਮ ਕਰਦੇ ਆ, ਸਾਰਾ ਕੁਝ ਵਧੀਆ। ਚਲੋ ਠੀਕ ਆ, ਬਾਏ, ਮਿਲਦੇ ਆ ਜਲਦੀ, ਮਿਲਦੇ ਤੁਹਾਨੂੰ। ਹੇਅਰ ਸਟਾਈਲ ਸਿੰਪਲ ਹੀ ਕੀਤਾ, ਇਹਨਾਂ ਨੇ ਕਿਹਾ ਸਿੰਪਲ ਜਿਹਾ ਕੀਤਾ ਹੀ, ਬਸ ਅੱਗੋ ਅੱਗੋ ਹੀ ਕੀਤਾ, ਪਿੱਛੋਂ ਜੁੜਾ ਹੀ ਕੀਤਾ। ਓਕੇ ਜੀ, ਬਾਏ ਬਾਏ।